ਪੰਜਾਬ ਵਿੱਚ ਇੱਕ ਐਸਾ ਕਾਲਾ ਦੌਰ ਆਇਆ ਸੀ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ, ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪੁਲਿਸ ਦੁਆਰਾ ਉਹਨਾਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਸੀ, ਜਿਸ ਦੇ ਤਹਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਉਸ ਨੂੰ ਪੂਰੀ ਘਟਨਾ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਥੇ ਹੀ ਦੂਜੇ ਪਾਸੇ ਅੱਜ ਇੱਕ ਸਿੱਖ ਜਥੇਬੰਦੀਆਂ ਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਭੁੱਖ ਹੜਤਾਲ ਤੇ ਬੈਠਣ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਭੁੱਖ ਹੜਤਾਲ ਉਹਨਾਂ ਦੁਆਰਾ ਭੰਡਾਰੀ ਪੁਲ ਤੇ ਕੀਤੀ ਜਾਏਗੀ। ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਬਾਰ-ਬਾਰ ਧਮਕੀਆਂ ਆ ਰਹੀਆਂ ਹਨ। ਸਾਹਿਬ ਜੀ ਦੀਆਂ ਹਾਂਜੀ, ਮੈਂ ਜਹਿਦਰ ਮਨਜੀਤ ਸਿੰਘ ਕੰਬੋਗੇ, ਕੌਮੀ ਪ੍ਰਧਾਨ ਜੁੜੇ ਮਰੋਕੋ ਸੰਘਰਸ਼ ਕਮੇਟੀ ਪੰਜਾਬ। ਅੱਜ ਆਲ ਹੋਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ ਦੇ ਜੋ ਮੁੱਖ ਦੋਖੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਭੁੱਖ ਹੜਤਾਲ ਆਰੰਭ ਕਰਨ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ, ਧੰਨ ਧੰਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਨ ਆਏ ਹਾਂ। ਅਰਦਾਸ ਕਰਦੇ ਹਾਂ ਕਿ ਮਾਲਕਾ ਕਿਰਪਾ ਕਰੀ, ਬਲ ਬਖਸ਼ੀ ਕਿ ਪੰਥ ਦੇ ਦੋਖੀਆਂ ਨੂੰ ਸਲਾਕਾਂ ਪਿੱਛੇ ਘਲਾ ਕੇ ਫਿਰ ਮੁੜ ਆ ਕੇ ਅਰਦਾਸ ਬੇਨਤੀ ਦੇ ਮਹਾਰਾਜ ਸ਼ੁਕਰਾਨਾ ਕਰੀਏ। ਅਤੇ ਇਹੋ ਸਾਡੀ ਬੇਨਤੀ ਆ ਕਿ ਭੁੱਖ ਹੜਤਾਲ 'ਤੇ ਅਸੀਂ ਬੈਠਣ ਜਾ ਰਹੇ ਹਾਂ, ਸਾਡੀ ਭੁੱਖ ਹੜਤਾਲ ਸ਼ਾਂਤਮਈ ਹੋਏਗੀ, ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਅਸੀਂ ਅਣਮਿੱਥੇ ਸਮੇਂ ਲਈ ਰੱਖਣ ਜਾ ਰਹੇ ਹਾਂ। ਭੁੱਖ ਹੜਤਾਲ 'ਤੇ ਮਹਾਰਾਜ ਪਿਛਲੇ 10-15 ਦਿਨ ਤੋਂ TV ਅਖਬਾਰਾਂ 'ਚ ਆ ਰਿਹਾ ਵਾ, ਭੰਡਾਰੀ ਪੁਲ 'ਤੇ ਇੱਕ ਸਾਈਡ ਦੇ ਨਾਲ ਬਣਾਇਆ ਵਾ, ਆਪਣਾ ਸ਼ਾਂਤਮਈ ਸਾਈਡ ਦੇ ਨੁੱਕਰ 'ਤੇ ਬਣਾਇਆ ਵਾ, ਉੱਥੇ ਸਾਰੇ ਰੱਖਦੇ ਆ, ਉੱਥੇ ਹੀ ਰੱਖ ਰਹੇ ਹਾਂ। ਸਾਨੂੰ ਕੱਲ੍ਹ ਤੋਂ ਪੁਲਿਸ ਦੀਆਂ ਧਮਕੀਆਂ ਆ ਰਹੀਆਂ ਵੀ ਜੇ ਉੱਥੇ ਰੱਖਿਆ ਤੁਹਾਨੂੰ ਅਰੈਸਟ ਕਰ ਲਾਂਗੇ, ਸਾਨੂੰ ਕੋਈ ਪਰਵਾਹ ਨਹੀਂ। ਜਿੱਥੇ ਅਰੈਸਟ ਕਰਨਾ, ਘਰੋਂ ਕੱਪੜੇ ਕਿਸੇ ਲੈ ਕੇ ਆਏ ਹਾਂ, ਕਛਹਿਰੇ ਤੋਲ ਕੇ ਸਮਾਨ ਲੈ ਕੇ ਆਉਂਦਾ ਵਾ, ਭਾਵੇਂ ਅਰੈਸਟ ਕਰ ਲੈਣ, ਭਾਵੇਂ ਭੁੱਖਿਆਂ ਪਾ ਲੈਣ, ਕੋਈ ਟੈਨਸ਼ਨ ਨਹੀਂ। ਗੁਰੂ ਘਰ ਦੇ ਦੋਖੀਆਂ ਨੂੰ ਸਜ਼ਾ ਦਵਾ ਕੇ ਜੋ ਬੰਦੇ ਨੇ, ਜੋ ਉਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ, ਮੁੱਖ ਮੰਗ ਕੀ ਜੀ? ਮੁੱਖ ਮੰਗ ਸਾਡੀ ਜਿਹੜੀ ਬਿੱਟ ਬਣੀ ਆ ਕੈਪਟਨ ਸਾਹਿਬ ਵੱਲੋਂ, ਉਹਨਾਂ ਦੇ ਉੱਤੇ ਜ਼ੋਰ ਪਾ ਕੇ ਕੈਪਟਨ ਸਰਕਾਰ ਉਹਨਾਂ ਤੋਂ ਉਹਨਾਂ ਦੇ ਨਾਂ ਨਾਮਜ਼ਦ ਕਰਾਵੇ ਅਤੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਰੱਖੇ, ਡੱਕੇ, ਅਤੇ ਫਿਰ ਅਸੀਂ ਸੰਘਰਸ਼ ਬੰਦ ਕਰਾਂਗੇ।